ਦੱਸਦਾ ਵੀ ਕੀ ਮਾਮਲਾ ਕੀ ਹੈ ਜੀ ਤੁਹਾਡੇ ਕੋਲ? ਇੱਕ ਵੀਡੀਓ ਪਾਈ ਗਈ ਸੀਗੀ ਕਿ ਤੁਹਾਡੇ ਤੇ ਹਮਲਾ ਕੀਤਾ ਗਿਆ, ਕਿੰਨਾ ਵੱਲੋਂ ਕੀਤਾ ਗਿਆ? ਪਹਿਲਾਂ ਤਾਂ ਜੀ ਸਮੁੱਚੀ ਪ੍ਰੈਸ ਦਾ ਸਾਰੇ ਭਾਈ ਜਿਹੜੇ ਇੱਥੇ ਆ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ, ਤੇ ਸਮੁੱਚੀ ਸਾਧ ਸੰਗਤ ਨੂੰ ਮੈਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਰਵੀ ਜੀ ਦੱਸਣਾ ਚਾਹੁੰਦਾ ਕਿ ਜਿਹੜੇ ਲੋਕ ਆ ਨਾ, ਇਹ ਉਹ ਲੋਕ ਆ ਜਿਨ੍ਹਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਲੋਕਪ੍ਰਿਯਤਾ ਹਜ਼ਮ ਨਹੀਂ ਹੋ ਰਹੀ। ਇਹ ਉਹ ਲੋਕ ਆ ਜਿਨ੍ਹਾਂ ਨੂੰ ਭਗਵੰਤ ਸਿੰਘ ਮਾਨ ਦਾ ਆਮ ਲੋਕਾਂ ਲਈ ਕੰਮ ਕਰਨਾ ਹਜ਼ਮ ਨਹੀਂ ਆ ਰਿਹਾ। ਇਹ ਲੋਕ ਇਕੱਲਾ ਹੁਣ ਨਹੀਂ, ਪਿਛਲੀਆਂ ਸਰਕਾਰਾਂ 'ਚ ਵੀ ਇਹ ਆਪਣੀ ਗੁੰਡਾਗਰਦੀ ਦੋ ਨੰਬਰ ਦੇ ਧੰਦੇ ਕਰਦੇ ਆਏ ਅਤੇ ਕਰਦੇ ਰਹਿਣਗੇ, ਪਰ ਅੱਜ ਇਹਨਾਂ ਨੇ ਤਹੱਈਆ ਕੀਤਾ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਦੀ, ਜਿਹੜੀ ਲੋਕਾਂ ਲਈ ਦਿਨ ਰਾਤ ਕੰਮ ਕਰ ਰਹੀ ਆ, ਟੋਲ ਪਲਾਜ਼ੇ ਬੰਦ ਕੀਤੇ ਆ, ਐਜੂਕੇਸ਼ਨ 'ਤੇ ਕੰਮ ਕੀਤਾ, ਹੈਲਥ 'ਤੇ ਕੰਮ ਕੀਤਾ। ਕੱਲ੍ਹ ਪਰਸੋਂ ਤੁਸੀਂ ਦੇਖੋ 443 ਨਵੇਂ ਪੁਲਿਸ 'ਚ ਨੌਜਵਾਨ ਮੁੰਡੇ ਕੁੜੀਆਂ ਭਰਤੀ ਕੀਤੇ ਆ, 50,000 ਦੇ ਕਰੀਬ ਨੌਜਵਾਨ ਭਰਤੀ ਕਰ ਚੁੱਕੇ ਆ। ਸੋ ਉਹ ਆਪਣੇ ਕੰਮ ਕਰ ਰਹੇ ਆ, ਪਰ ਇਹ ਉਹ ਲੋਕ ਆ ਜਿਨ੍ਹਾਂ ਨੇ ਤਹੱਈਆ ਕਰ ਲਿਆ ਕਿ ਅਸੀਂ ਮਾਨ ਸਾਹਿਬ ਦੀ ਬਦਨਾਮੀ ਗਰਾਊਂਡ ਲੈਵਲ 'ਤੇ ਕਰਨੀ ਹੀ ਕਰਨੀ ਆ, ਔਰ ਇਹ ਲੋਕ ਨੇ ਮਾਈਨਿੰਗ ਮਾਫੀਆ ਵਾਲੇ। ਸੋ ਇਹਨਾਂ ਦਾ ਜਿਹੜਾ ਆਮ ਦਿਨਾਂ ਦੇ ਵਿੱਚ ਰੇਤੇ ਦੀ ਮਾਈਨਿੰਗ ਹੁੰਦੀ ਆ, ਇਹ ਮਾਈਨਿੰਗ ਆਪਾਂ ਸਾਰੇ ਜਾਣਦੇ ਹਾਂ 1 ਅਕਤੂਬਰ ਤੋਂ ਲੈ ਕੇ ਜਿਹੜੀ 31 ਜੂਨ ਤੱਕ ਹੁੰਦੀ ਆ, ਠੀਕ ਆ ਨਾ। ਸੋ ਜਿਹੜੀ ਆਹ ਮਾਈਨਿੰਗ ਆ 1 ਜੁਲਾਈ ਤੋਂ ਲੈ ਕੇ 30 ਸਤੰਬਰ ਤੱਕ ਦੀ, ਇਸ ਟਾਈਮ ਦੇ ਵਿੱਚ ਜਿਹੜੀ ਮਾਈਨਿੰਗ ਲੀਗਲ ਤੌਰ 'ਤੇ ਕੋਰਟ ਦੇ ਵੀ ਆਰਡਰ ਆ ਔਰ ਸਰਕਾਰ ਦਾ ਵੀ ਹੁਕਮਾਂ ਦੀ ਪਾਲਣਾ ਕੀਤੀ ਜਾਂਦੀ ਆ ਕਿ ਬਰਸਾਤ ਦੇ ਸਮੇਂ ਦੇ ਵਿੱਚ ਜਿਹੜੇ ਤੁਸੀਂ ਬੰਨ ਆ, ਕੱਚੇ ਬੰਨ ਆ, ਇਹਨਾਂ ਨੂੰ ਨੁਕਸਾਨ ਪਹੁੰਚਦਾ, ਇਹ ਮਾਈਨਿੰਗ ਨਹੀਂ ਹੋਣੀ ਚਾਹੀਦੀ। ਆਮ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਫੈਸਲਾ ਸਰਕਾਰਾਂ ਨੇ ਅਤੇ ਕੋਰਟ ਨੇ ਲਿਆ ਹੋਇਆ, ਪਰ ਇਹ ਲੋਕ ਸਰਕਾਰ ਅਤੇ ਕੋਰਟ ਨੂੰ ਟਿੱਚ ਨਹੀਂ ਜਾਣਦੇ। ਅਤੇ ਜੇ ਕੋਈ ਸਾਡੇ ਵਰਗਾ ਉੱਠ ਕੇ ਇਹਨਾਂ ਨੂੰ ਕਹਿੰਦਾ ਆ ਅਤੇ ਇਹ ਸਾਡੇ 'ਤੇ ਵੀ, ਜਿਵੇਂ ਰਾਤ ਇਹਨਾਂ ਨੇ ਮੈਨੂੰ ਘੇਰਾ ਪਾ ਲਿਆ ਅਤੇ ਗੱਡੀ ਦੀ ਭੰਨ ਤੋੜ ਕੀਤੀ ਆ ਅਤੇ ਮੈਂ ਆਪਣੀ ਜਾਨ ਬਚਾ ਕੇ ਉੱਥੋਂ ਭੱਜਿਆ, ਅਤੇ ਇਹ ਲੋਕ ਉਹ ਲੋਕ ਨੇ ਕਿ ਜੇ ਕੋਈ ਆਵਾਜ਼ ਚੱਕਦਾ ਇਹਨਾਂ ਦੇ ਖਿਲਾਫ਼ ਅਤੇ ਇਹ ਉਹਨੂੰ ਹਰ ਤਰ੍ਹਾਂ ਨਾਲ ਡਰਾਉਣ ਧਮਕਾਉਣ ਦੀ ਗੱਲ ਕਰਦੇ ਆ, ਪਰ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਮੈਂ ਉਹਨਾਂ 'ਚੋਂ ਨਹੀਂ ਡਰਨ ਵਾਲਿਆਂ 'ਚੋਂ। ਜੇ ਅੱਜ ਅਸੀਂ ਚਲੋ ਆਪਣਾ ਜਿਹੜਾ ਅਸੀਂ ਲਿਖਤੀ ਰੂਪ 'ਚ ਜਿਹੜਾ ਥਾਣੇ 'ਚ ਦੇਤਾ ਆ, ਆਪਣੀ ਸ਼ਿਕਾਇਤ ਦੇਤੀ ਆ, ਕਾਰਵਾਈ ਕਰਵਾਵਾਂਗੇ, ਕੋਈ ਵੀ ਬੰਦਾ ਬਖਸ਼ਿਆ ਨਹੀਂ ਜਾਊਗਾ। ਰਵੀ ਜੀ ਮੇਰਾ ਉੱਥੇ ਮੇਰੇ ਖੇਤ ਵੀ ਆ, ਅਸੀਂ ਖੇਤ ਵੀ ਗੇੜਾ ਮਾਰਨ ਜਾਣਾ ਹੁੰਦਾ ਕਿਉਂਕਿ ਦਿਨ ਦੇ ਰੁਝੇਵੇਂ ਹੁੰਦੇ ਆ ਬ੍ਰਦਰ, ਕਈ ਵਾਰੀ ਰਾਤ ਨੂੰ ਖੇਤਾਂ ਦੇ ਜ਼ਿਮੀਂਦਾਰਾਂ ਨੇ ਆਉਣਾ ਜਾਣਾ, ਅਸੀਂ ਕਈ ਵਾਰੀ ਰਾਤੀ ਵੀ ਜਾਂਦੇ, ਲੇਟ ਨਾਈਟ ਵੀ ਖੇਤਾਂ 'ਚ ਗੇੜਾ ਮਾਰ ਦਿੰਦੇ ਹਾਂ। ਸੋ ਮੈਂ ਆਪਣੇ ਖੇਤ ਗਿਆ ਸੀ ਅਤੇ ਮੈਂ ਜਦੋਂ ਉੱਥੇ ਦ੍ਰਿਸ਼ ਦੇਖਿਆ ਤਾਂ ਬਹੁਤ ਵੱਡੇ ਲੈਵਲ 'ਤੇ ਜਿਹੜੀ ਮਾਈਨਿੰਗ ਹੋ ਰਹੀ ਸੀ। ਮੈਂ ਦੱਸਦਾ, ਮੈਂ ਮੰਗਲੀ ਬਾਈ ਜੀ ਦੱਸਦਾ, ਮੈਂ ਜਦੋਂ ਉੱਥੇ ਗਿਆ ਅਤੇ ਇਸ ਤੋਂ ਪਹਿਲਾਂ ਮੈਂ 1 ਜੁਲਾਈ ਨੂੰ ਵੀ ਉੱਥੇ ਗਿਆ ਸੀ, ਰਾਤ ਨੂੰ 8:30 ਤੇਲ ਪਾਉਣ ਆਪਣੀ ਗੱਡੀ 'ਚ, ਉਦੋਂ ਵੀ ਸੁਖਵੀਰ ਸਿੰਘ ਰੰਧਾਵਾ ਨਾਮਕ ਇੱਕ ਬੰਦਾ ਹੈਗਾ ਆ ਪਟਿਆਲੇ ਦਾ, ਉਹਨੇ ਮੇਰੇ ਫੋਨ 'ਤੇ, ਮੈਂ ਆਪਣੀ ਵਟਸਐਪ ਦੀ ਜਿਹੜੀ ਉਹ ਕਾਪੀ ਵੀ ਕਢਾ ਕੇ ਦੇ ਦੂੰਗਾ, ਉਹਦੀਆਂ ਕਾਲਾਂ ਆਈਆਂ ਹੋਈਆਂ, ਉਹਨੇ ਮੈਨੂੰ ਫੋਨ ਕਰਕੇ ਧਮਕੀ ਦਿੱਤੀ ਕਿ ਤੁਸੀਂ ਰਾਤ ਨੂੰ ਇੱਧਰਲੇ ਪਾਸੇ ਆਪਣੀ ਸਰਕਾਰੀ ਗੱਡੀ ਲੈ ਕੇ ਨਹੀਂ ਆਉਣਾ, ਜੇ ਤੁਸੀਂ ਆਏ ਆਪਣੀ ਜਾਨ ਦੇ ਆਪ ਮਾਲਕ ਹੋਵੋਗੇ। ਸੋ ਉਹਦੀ ਮੈਂ ਸ਼ਿਕਾਇਤ ਲਿਖਤੀ ਰੂਪ 'ਚ ਮੈਂ ਆਲਰੇਡੀ ਦੇ ਚੁੱਕਾ ਹਾਂ, ਸਾਡੇ ਮਾਨਯੋਗ ਮਾਈਨਿੰਗ ਮਿਨਿਸਟਰ ਸਾਹਿਬ ਨੂੰ ਵੀ ਦੇ ਚੁੱਕਾ ਹਾਂ, ਉਹ ਹਜੇ ਕੱਲ੍ਹ ਹੀ ਪਹੁੰਚੀ ਆ, ਕਿਉਂਕਿ ਦੇਖੋ ਬਹੁਤ ਸਾਰੀਆਂ ਸ਼ਿਕਾਇਤਾਂ ਸਰਕਾਰ ਕੋਲ ਰੋਜ਼ ਜਾਂਦੀਆਂ, ਉਹਨਾਂ ਦੇ ਨਿਪਟਾਰੇ ਹੁੰਦੇ, ਉਹਨਾਂ ਦੇਖਣਾ ਚਾਹੁੰਦਾ, ਉਹਨਾਂ ਦੀ ਨਿਗਰਾਨੀ ਚਾਹੁੰਦੀਆਂ। ਮੈਂ ਇੱਕ DGP ਸਾਹਿਬ ਨੂੰ ਵੀ ਲੈਟਰ ਲਿਖ ਚੁੱਕਾ ਅਤੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਲਿਖ ਚੁੱਕਾ ਹਾਂ, ਅਤੇ ਕੱਲ੍ਹ ਪਰ ਇਹਨਾਂ ਨੇ ਬੇਪਰਵਾਹੀ ਦੇ ਆਲਮ ਦੇ ਵਿੱਚ ਜਿਹੜਾ ਕੰਮ ਕੀਤਾ ਆ
ਉਹਦੇ ਤੇ ਅਸੀਂ ਜਿਹੜਾ ਸਖਤ ਤੋਂ ਸਖਤ ਐਕਸ਼ਨ ਲਵਾਂਗੇ। ਰਾਤ ਤੁਸੀਂ ਲਾਈਵ ਹੋਏ ਹੋ, ਉਹਦੇ ਕਰੀਬ ਕੋਈ ਕੁਝ ਅਧਿਕਾਰੀ ਨਾਲ ਤੁਹਾਡੀ ਕੋਈ ਗੱਲ ਹੋਈ? ਜੋ ਵੀਡੀਓ ਦੇ ਵਿੱਚ ਦੇਖਿਆ ਗਿਆ ਵੀ ਤੁਹਾਡੇ ਨਾਲ ਬਿਲਕੁਲ ਕਿਸੇ ਨਾਲ ਰਾਬਤਾ ਕਾਇਮ ਨਹੀਂ ਹੋਇਆ, ਫੋਨ ਨਹੀਂ ਚੱਕਿਆ ਗਿਆ? ਅਲਵੇਲਾ ਜੀ, ਗੱਲ ਇਹ ਆ ਵੀ ਜਿਹੜਾ ਸਾਡਾ ਲੁਧਿਆਣੇ ਦਾ ਪ੍ਰਸ਼ਾਸਨ ਆ, ਪਿਛਲੇ ਦਿਨੀ ਮੈਂ ਲਾਈਵ ਹੋਇਆ ਸੀ ਬੰਨ ਤੇ, ਉਹ ਪ੍ਰਸ਼ਾਸਨ ਨੇ ਐਕਸ਼ਨ ਲੈਂਦਿਆ ਹੋਇਆ ਜਿਹੜੀ ਸਾਡੀ ਸਾਹਨੇ ਵਾਲੀ ਜਿੰਨੀ ਬੈਲਟ ਆ ਸਾਡਾ ਲੁਧਿਆਣੇ ਵਾਲਾ ਏਰੀਆ, ਸਾਰੀ ਮਾਈਨਿੰਗ ਜਿਹੜੀ ਆ ਉਹ ਬੰਦ ਕਰਵਾ ਦਿੱਤੀ ਗਈ ਆ। ਇਹ ਮਾਈਨਿੰਗ ਜਿਹੜੀ ਪੁਲ ਦੇ ਪਰਲੇ ਪਾਸੇ ਹੁੰਦੀ ਸੀ, ਔਰ ਸਾਡਾ ਉਹ ਪੁਲ ਜਿਹੜਾ ਮੇਨ ਆ ਮੱਤੇਵਾੜਾ ਤੇ ਜਿਹੜਾ ਸਾਡਾ ਰਾਹੋਂ ਨੂੰ ਜੋੜਦਾ ਆ, ਤੇ ਜਿਹੜੀ ਇਹ ਜ਼ਮੀਨ ਆ ਦਰਿਆ ਦੀ, ਇਹ ਕਿਤੇ ਸਾਡਾ ਲੁਧਿਆਣਾ ਪਰਲੇ ਪਾਸੇ ਗਿਆ ਹੋਇਆ ਤੇ ਕਿਤੇ ਲੁਧਿਆਣਾ ਨਵਾਂ ਸ਼ਹਿਰ ਸਾਡੇ ਵਾਲੇ ਪਾਸੇ ਆਇਆ ਹੋਇਆ। ਸੋ ਉਹਦੇ ਮੱਦੇਨਜ਼ਰ ਜਿਹੜੀ ਸਾਡੀ ਜ਼ਮੀਨ ਆ ਲੁਧਿਆਣੇ ਦੇ ਵਿੱਚ ਪੈਂਦੀ ਆ, ਉਹ ਦਰਿਆ ਦੇ ਪਰਲੇ ਪਾਸੇ ਆ, ਸਾਨੂੰ ਉੱਥੇ ਜਾਣਾ ਪੈਂਦਾ। ਮੈਂ ਐਨ ਟਾਈਮ ਪੁਲ ਤੇ ਜਦੋਂ ਮੈਂ ਮਾਈਨਿੰਗ ਦੇਖੀ, ਸਭ ਤੋਂ ਪਹਿਲਾਂ ਮੈਂ ਐਕਸ਼ਨ ਮਾਈਨਿੰਗ ਨਵਾਂ ਸ਼ਹਿਰ ਨੂੰ ਕਾਲ ਕੀਤੀ, ਪਰ ਉਹਨੇ ਮੈਨੂੰ ਕੋਈ ਰਿਸਪੋਂਸ ਨਹੀਂ ਦਿੱਤਾ, ਕੋਈ ਕਾਲ ਨਹੀਂ ਚੱਕੀ ਹੈਗੀ, ਔਰ ਪਿਛਲੇ ਦਿਨ ਵੀ ਉਹਨੇ ਮੇਰੀ ਕੋਈ ਕਾਲ ਨਹੀਂ ਚੱਕੀ ਹੈਗੀ। ਤੇ ਉਸ ਤੋਂ ਬਾਅਦ ਮੈਂ ਮਾਨਯੋਗ DSP ਸਾਹਿਬ ਨੂੰ ਕਾਲ ਕੀਤੀ, DSP ਸਾਹਿਬ ਚਲੋ ਹੋ ਸਕਦਾ ਕਈ ਵਾਰੀ, ਫਿਰ SHO ਸਾਹਿਬ ਨਾਲ ਮੇਰੀ ਗੱਲ ਹੋਈ, SHO ਸਾਹਿਬ ਕਹਿੰਦੇ ਮੈਂ ਆ ਰਿਹਾ 10-15 ਮਿੰਟ 'ਚ ਆ ਰਿਹਾ, ਕਰਦੇ ਕਰਾਉਂਦੇ ਅੱਧਾ ਪੌਣਾ ਘੰਟਾ ਬੀਤ ਗਿਆ, ਉਨੇ ਚਿਰ ਨੂੰ ਉਹ ਲੋਕ ਆਏ ਤੇ ਉਹਨਾਂ ਨੇ ਆ ਕੇ ਆਪਣੇ ਤੇ ਹਮਲਾ ਕਰ ਦਿੱਤਾ। ਪ੍ਰਸ਼ਾਸਨ ਆ ਉਹਦਾ ਰਵੱਈਆ ਪਹਿਲੀਆਂ ਸਰਕਾਰਾਂ ਲਈ ਆ, ਜਿਸ ਤਰ੍ਹਾਂ ਕਿ ਅਕਾਲੀ ਦਲ ਦੇ ਰਾਜ ਦੌਰਾਨ ਹੁੰਦਾ ਸੀ, ਕਾਂਗਰਸ ਦੇ ਰਾਜ ਦੌਰਾਨ ਹੁੰਦਾ ਸੀ, ਇਸ ਤਰ੍ਹਾਂ ਨੂੰ ਤੁਸੀਂ ਮੰਨਦੇ ਹੋ ਕਿ ਪ੍ਰਸ਼ਾਸਨ ਅੱਜ ਵੀ ਭਾਵੇਂ ਆਮ ਆਦਮੀ ਪਾਰਟੀ ਵੱਡੇ ਵੱਡੇ ਵਾਅਦੇ ਦਾਅਵੇ ਕਰਦੀ ਆ ਕਿ ਸਾਡੇ ਵੱਲੋਂ ਜਿਹੜਾ ਪ੍ਰਸ਼ਾਸਨ ਨੂੰ ਨੱਕ ਪਾਈਗੇ, ਪਰ ਪ੍ਰਸ਼ਾਸਨ ਉਸੇ ਤਰੀਕੇ ਨਾਲ ਹੀ ਕੰਮ ਕਰ ਰਿਹਾ। ਰਵੀ ਜੀ, ਆ ਮੇਰਾ ਹੱਥ ਆ, ਇਹਦੀਆਂ 5 ਉਂਗਲਾਂ ਨੇ, ਅੰਗੂਠੇ ਦਾ ਆਪਣਾ ਸਾਈਜ਼ ਆ, ਇਹ ਉਂਗਲ ਦਾ ਆਪਣਾ ਸਾਈਜ਼ ਆ, ਇਹਦਾ ਆਪਣਾ ਆ, ਇਸੇ ਤਰ੍ਹਾਂ ਇੱਕ ਪਰਿਵਾਰ ਦੇ ਵਿੱਚ ਮੈਂਬਰ ਵੀ ਹੁੰਦੇ ਆ, ਸਭ ਦਾ ਜਿਹੜਾ ਸੁਭਾਅ ਤੇ ਕੰਮ ਕਰਨ ਦਾ ਤਰੀਕਾ, ਸਾਰੀਆਂ ਚੀਜ਼ਾਂ ਅਲੱਗ ਅਲੱਗ ਹੁੰਦੀਆਂ। ਸੋ ਪ੍ਰਸ਼ਾਸਨ ਆ ਭਾਜੀ, ਪ੍ਰਸ਼ਾਸਨ ਬੰਦੇ ਹੀ ਆ, ਇੱਥੇ ਚੰਗੇ ਵੀ ਆ ਤੇ ਮਾੜੇ ਵੀ ਆ, ਜਿਹੜੇ ਮਾੜੇ ਆ ਚੁਣ ਲਾਂਗੇ, ਜਿਹੜੀਆਂ ਕਾਲੀਆਂ ਭੇਡਾਂ ਕੱਢਾਂਗੇ ਵਿੱਚੋਂ ਕਿਹੜੀਆਂ, ਉਹਨਾਂ ਨੂੰ ਪਛਾਣਾਂਗੇ। ਜੇ ਅਸੀਂ ਜੇ ਅੱਜ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਡੀ ਪੰਜਾਬ ਸਰਕਾਰ ਦੇ ਇੱਕ ਚੇਅਰਮੈਨ ਤੇ ਇਹ ਲੋਕਾਂ ਨੇ ਅਟੈਕ ਕੀਤਾ ਆ, ਜਿਹੜੇ ਵੀ ਬੰਦੇ ਇਨਵੋਲਵ ਹੋਣਗੇ ਬਖਸ਼ੇ ਨਹੀਂ ਜਾਣਗੇ, ਕਾਲੀਆਂ ਭੇਡਾਂ ਬਾਹਰ ਕੱਢਾਂਗੇ ਬੇਫਿਕਰ। ਬਿਲਕੁਲ ਜੀ, ਮੈਂ ਹੁਣ ਇਸ ਤੋਂ ਬਾਅਦ ਸਾਡੇ ਮਾਨਯੋਗ ਮਾਈਨਿੰਗ ਮਿਨਿਸਟਰ ਸਰਦਾਰ ਚੇਤਨ ਸਿੰਘ ਜੋੜਮਾਜਰਾ ਜੀ ਨੂੰ ਮਿਲਣ ਜਾ ਰਿਹਾ, ਔਰ ਸਾਰੀ ਮੈਂ ਉਹਨਾਂ ਨੂੰ ਗੱਲਬਾਤ ਰੱਖੂੰਗਾ, ਔਰ ਮੈਂ ਪਾਰਟੀ ਆਫਿਸ ਵੀ ਜਾ ਕੇ ਗੱਲ ਕਰੂੰਗਾ, ਔਰ ਸਾਰਾ ਜਿਹੜਾ ਹੈਗਾ ਜਿੰਨੇ ਵੀ ਬੰਦੇ ਦੋਸ਼ੀ ਅਸੀਂ ਬਖਸ਼ਾਂਗੇ ਨਹੀਂ ਇਹਨਾਂ ਨੂੰ। ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੀ ਗਿਣਤੀ ਕਿੰਨੀ ਸੀ? ਉਹ ਕੋਈ 15-20 ਦੇ ਕਰੀਬ ਸੀ, ਬਾਕੀ ਰਵੀ ਜੀ ਤੁਹਾਨੂੰ ਪਤਾ ਜਦੋਂ ਹਮਲਾ ਹੁੰਦਾ ਕੋਈ ਉੱਥੇ ਮੌਕੇ ਤੇ ਨਹੀਂ ਪਹੁੰਚਿਆ, ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਚੇਅਰਮੈਨ ਦੇ ਅਹੁਦੇ ਤੇ ਬੈਠੇ ਹੋ, ਤੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਪ੍ਰਸ਼ਾਸਨ ਆ ਉਹਦਾ ਰਵੱਈਆ ਪਹਿਲੀਆਂ ਸਰਕਾਰਾਂ ਲਈ ਆ, ਜਿਸ ਤਰ੍ਹਾਂ ਕਿ ਅਕਾਲੀ ਦਲ ਦੇ ਰਾਜ ਦੌਰਾਨ ਹੁੰਦਾ ਸੀ, ਕਾਂਗਰਸ ਦੇ ਰਾਜ ਦੌਰਾਨ ਹੁੰਦਾ ਸੀ, ਇਸ ਤਰ੍ਹਾਂ ਨੂੰ ਤੁਸੀਂ ਮੰਨਦੇ ਹੋ ਕਿ ਪ੍ਰਸ਼ਾਸਨ ਅੱਜ ਵੀ ਭਾਵੇਂ ਆਮ ਆਦਮੀ ਪਾਰਟੀ ਵੱਡੇ ਵੱਡੇ ਵਾਅਦੇ ਦਾਅਵੇ ਕਰਦੀ ਆ ਕਿ ਸਾਡੇ ਵੱਲੋਂ ਜਿਹੜਾ ਪ੍ਰਸ਼ਾਸਨ ਨੂੰ ਨੱਕ ਪਾਈਗੇ, ਪਰ ਪ੍ਰਸ਼ਾਸਨ ਉਸੇ ਤਰੀਕੇ ਨਾਲ ਹੀ ਕੰਮ ਕਰ ਰਿਹਾ? ਰਵੀ ਜੀ, ਆ ਮੇਰਾ ਹੱਥ ਆ, ਇਹਦੀਆਂ 5 ਉਂਗਲਾਂ ਨੇ, ਅੰਗੂਠੇ ਦਾ ਆਪਣਾ ਸਾਈਜ਼ ਆ, ਇਹ ਉਂਗਲ ਦਾ ਆਪਣਾ ਸਾਈਜ਼ ਆ, ਇਹਦਾ ਆਪਣਾ ਆ, ਇਸੇ ਤਰ੍ਹਾਂ ਇੱਕ ਪਰਿਵਾਰ ਦੇ ਵਿੱਚ ਮੈਂਬਰ ਵੀ ਹੁੰਦੇ ਆ, ਸਭ ਦਾ ਜਿਹੜਾ ਸੁਭਾਅ ਤੇ ਕੰਮ ਕਰਨ ਦਾ ਤਰੀਕਾ, ਸਾਰੀਆਂ ਚੀਜ਼ਾਂ ਅਲੱਗ ਅਲੱਗ ਹੁੰਦੀਆਂ। ਸੋ ਪ੍ਰਸ਼ਾਸਨ ਆ ਭਾਜੀ, ਪ੍ਰਸ਼ਾਸਨ ਬੰਦੇ ਹੀ ਆ, ਇੱਥੇ ਚੰਗੇ ਵੀ ਆ ਤੇ ਮਾੜੇ ਵੀ ਆ, ਜਿਹੜੇ ਮਾੜੇ ਆ ਚੁਣ ਲਾਂਗੇ, ਜਿਹੜੀਆਂ ਕਾਲੀਆਂ ਭੇਡਾਂ ਕੱਢਾਂਗੇ ਵਿੱਚੋਂ ਕਿਹੜੀਆਂ, ਉਹਨਾਂ ਨੂੰ ਪਛਾਣਾਂਗੇ। ਜੇ ਅਸੀਂ ਜੇ ਅੱਜ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਸਾਡੀ ਪੰਜਾਬ ਸਰਕਾਰ ਦੇ ਇੱਕ ਚੇਅਰਮੈਨ ਤੇ ਇਹ ਲੋਕਾਂ ਨੇ ਅਟੈਕ ਕੀਤਾ ਆ, ਜਿਹੜੇ ਵੀ ਬੰਦੇ ਇਨਵੋਲਵ ਹੋਣਗੇ ਬਖਸ਼ੇ ਨਹੀਂ ਜਾਣਗੇ, ਕਾਲੀਆਂ ਭੇਡਾਂ ਬਾਹਰ ਕੱਢਾਂਗੇ ਬੇਫਿਕਰ। ਬਿਲਕੁਲ ਜੀ, ਮੈਂ ਹੁਣ ਇਸ ਤੋਂ ਬਾਅਦ ਸਾਡੇ ਮਾਨਯੋਗ ਮਾਈਨਿੰਗ ਮਿਨਿਸਟਰ ਸਰਦਾਰ ਚੇਤਨ ਸਿੰਘ ਜੋੜਮਾਜਰਾ ਜੀ ਨੂੰ ਮਿਲਣ ਜਾ ਰਿਹਾ, ਔਰ ਸਾਰੀ ਮੈਂ ਉਹਨਾਂ ਨੂੰ ਗੱਲਬਾਤ ਰੱਖੂੰਗਾ, ਔਰ ਮੈਂ ਪਾਰਟੀ ਆਫਿਸ ਵੀ ਜਾ ਕੇ ਗੱਲ ਕਰੂੰਗਾ, ਔਰ ਸਾਰਾ ਜਿਹੜਾ ਹੈਗਾ ਜਿੰਨੇ ਵੀ ਬੰਦੇ ਦੋਸ਼ੀ ਅਸੀਂ ਬਖਸ਼ਾਂਗੇ ਨਹੀਂ ਇਹਨਾਂ ਨੂੰ। ਜਿਨ੍ਹਾਂ ਨੇ ਹਮਲਾ ਕੀਤਾ ਉਹਨਾਂ ਦੀ ਗਿਣਤੀ ਕਿੰਨੀ?
ਉਹ ਕੋਈ 15 ਤੋਂ 20 ਦੇ ਕਰੀਬ ਸੀ। ਬਾਕੀ ਰਵੀ ਜੀ ਤੁਹਾਨੂੰ ਪਤਾ ਜਦੋਂ ਹਮਲਾ ਹੁੰਦਾ ਨਾ ਤੇ ਫਿਰ ਆਪਾਂ ਕਿਹੜਾ ਐਕੂਰੇਟ ਗਿਣਤੀ ਦਾ ਅੰਦਾਜ਼ਾ ਹੀ ਲਾ ਸਕਦੇ ਹਾਂ ਵੀ ਇੰਨੇ ਕੁ ਬੰਦੇ ਸੀ, ਕਿਉਂਕਿ 4-5 ਗੱਡੀਆਂ ਮੌਕੇ 'ਤੇ ਸੀਗੀਆਂ ਜਿਹਦੇ 'ਚੋਂ ਅਸੀਂ 3 ਕੁ ਗੱਡੀਆਂ ਦੇ ਨੰਬਰ ਵੀ ਪਛਾਣੇ ਆ ਔਰ ਅਸੀਂ ਉਹ ਜਿਹੜੇ ਨੰਬਰ ਅਸੀਂ ਦਰਖਾਸਤ ਦੇ ਵਿੱਚ ਦਿੱਤੇ ਵੀ ਆ। ਅਤੇ ਜਿਹੜੀ ਮੈਂ ਇੱਕ ਦੋ ਜਿਹੜੀਆਂ ਮੈਨੂੰ ਕਾਲਾਂ ਆਈਆਂ ਜਿਵੇਂ ਸੁਖਵੀਰ ਰੰਧਾਵਾ, ਉਸ ਬੰਦੇ ਦਾ ਨੰਬਰ ਮੈਂ ਬਕਾਇਦਾ ਜਿਹੜਾ ਸ਼ਿਕਾਇਤ 'ਚ ਲਿਖਾਇਆ ਆ। ਅਤੇ ਜਿਹੜੇ ਵੀ ਬੰਦੇ ਪਛਾਣੇ ਜਾਣਗੇ ਉਹ ਚਾਹੇ ਪ੍ਰਸ਼ਾਸਨ ਦੇ ਹੋਣ ਚਾਹੇ ਜੋ ਵੀ ਹੋਵੇ, ਅਸੀਂ ਉਹਨਾਂ ਨੂੰ ਬਿਲਕੁਲ ਜੀ ਮੈਨੂੰ ਪੂਰਨ ਵਿਸ਼ਵਾਸ ਆ ਸੀਐਮ ਸਾਹਿਬ ਵੀ ਇੱਥੇ ਪੂਰਾ ਐਕਸ਼ਨ ਲੈਣਗੇ ਔਰ ਅਸੀਂ ਆਪਣੇ ਪੱਧਰ 'ਤੇ ਜਾ ਕੇ ਅੱਜ ਮੰਤਰੀ ਸਾਹਿਬ ਨੂੰ ਮਿਲ ਕੇ ਜਿਹੜਾ ਇਹਨਾਂ 'ਤੇ ਕਾਰਵਾਈ ਕਰਾਂਗੇ। ਸਾਡੇ ਕੋਲ ਕਲਿਪਸ ਹੈਗੀਆਂ ਕਿਉਂਕਿ ਜਦੋਂ ਉਹ ਸਾਰੇ ਬੰਦੇ ਹਥਿਆਰਾਂ ਨਾਲ ਲੈ ਸੀਗੇ, ਜਦੋਂ ਸਿਸਟਮ ਹੋਇਆ ਸਾਰਾ ਮੈਂ ਸਾਰੇ ਮੁੰਡਿਆਂ ਨੂੰ ਕਿਹਾ ਵੀ ਕਿਸੇ ਨੇ ਵੀ ਕੋਈ ਤੁਸੀਂ ਆਪਣਾ ਭਾਈ ਆਪਾਂ ਨਿਕਲਣ ਦੀ ਕਰਨੀ ਆ, ਬੋਲਣਾ ਨਹੀਂ, ਕੋਈ ਬੋਲਿਆ ਨਹੀਂ ਸਾਡਾ ਬੰਦਾ, ਕੋਈ ਕੁਛ ਨਹੀਂ ਕੀਤਾ, ਅਸੀਂ ਆਪਣੀ ਗੱਡੀ 'ਚ ਬੈਠ ਕੇ ਨਿਕਲ ਪਏ ਹਾਂ। ਉਹਨਾਂ ਨੇ ਸਾਨੂੰ ਤੁਰਦੇ ਤੁਰਦੇ ਵੀ ਸਾਡੇ 'ਤੇ ਹਮਲਾ ਕੀਤਾ। ਮੇਰੀ ਗੱਡੀ ਦੀ ਤੁਸੀਂ ਫੋਟੋ 'ਚ ਲੈ ਜਾਓ, ਬਾਹਰ ਖੜੀ ਆ ਗੱਡੀ, ਤੁਸੀਂ ਦੇਖੋ ਗੱਡੀ ਦਾ ਜੋ ਹੈ, ਅਗਰ ਜਿਸ ਤਰੀਕੇ ਨਾਲ ਗੱਡੀ 'ਤੇ ਉਹਨਾਂ ਨੇ ਕੀਤਾ ਆ ਲੋਹੇ ਦੀਆਂ ਰੌਣਾਂ ਸੀ, ਅਤੇ ਜੇ ਅਸੀਂ ਉੱਥੇ ਖੜੇ ਰਹਿੰਦੇ ਤਾਂ ਸਾਨੂੰ ਕਿਹੜਾ ਬਖਸ਼ਣਾ ਸੀ, ਠੀਕ ਹੈ ਨਾ, ਤਾਂ ਉਹਨਾਂ ਨੇ ਵੱਡੇ ਪੱਧਰ 'ਤੇ ਨੁਕਸਾਨ ਕਰਨਾ ਸੀ। ਜਿਹੜੇ ਕਾਲੇ ਧੰਦੇ ਵਾਲੇ ਲੋਕ ਹੁੰਦੇ ਨਾ, ਇਹਨਾਂ ਨੂੰ ਸਹਿ ਹੋਵੇ ਨਾ ਹੋਵੇ, ਇਹ ਆਪਣਾ ਜਿਹੜਾ ਦੂਜਾ ਹੁੰਦਾ ਨਾ ਸਾਰਾ ਸਿਰਜ ਲੈਂਦੇ ਆ, ਵਾਤਾਵਰਨ ਬਣਾ ਲੈਂਦੇ ਆ ਆਪਣਾ, ਠੀਕ ਹੈ ਨਾ, ਅਤੇ ਇਹ ਕਾਲੇ ਧੰਦੇ ਵਾਲੇ ਲੋਕ ਆ, ਇਹ ਮੈਨੂੰ ਨਹੀਂ ਲੱਗਦਾ। ਹਾਂ ਅਗਰ ਕੋਈ ਇੱਦਾਂ ਦੀ ਗੱਲ ਹੋਊਗੀ ਤਾਂ ਅਸੀਂ ਉਹਨੂੰ ਬਾਹਰ ਲੈ ਕੇ ਆਵਾਂਗੇ, ਬਿਲਕੁਲ ਬਾਹਰ ਲੈ ਕੇ ਆਵਾਂਗੇ, ਕੋਈ ਇੱਦਾਂ ਦੀ ਲੁਕੋ ਨਹੀਂ ਰੱਖਾਂਗੇ। ਔਰ ਮਾਨ ਸਾਹਿਬ ਨੇ ਸਮੇਂ 'ਤੇ ਜਿਹੜੇ ਆਮ ਆਦਮੀ ਪਾਰਟੀ ਚਾਹੇ ਕੋਈ ਵਿਧਾਇਕ ਸੀ ਚਾਹੇ ਕੋਈ ਮੰਤਰੀ ਸੀ ਕੋਈ ਸੀ, ਜਿਹਨੇ ਕਰਪਸ਼ਨ ਕੀਤੀ ਉਹਨੂੰ ਬਖਸ਼ਿਆ ਨਹੀਂ ਹੈ, ਠੀਕ ਹੈ। ਅਤੇ ਇੱਦਾਂ ਨਹੀਂ ਵੀ ਹਵਾ 'ਚ ਉੱਡ ਕੇ ਰਹਿ ਜਾਊ ਮਾਮਲਾ ਜਾਂ ਕੋਈ ਕਾਰਵਾਈ ਵੀ ਹੋ ਜਾਵੇ, ਇਹ ਤਾਂ ਪਹਿਲੀਆਂ ਸਰਕਾਰਾਂ 'ਚ ਹੁੰਦਾ ਸੀ, ਪਰ ਹੁਣ ਤੁਸੀਂ ਮੌਜੂਦਾ ਇਸ ਦੇ ਵਿੱਚ ਚੇਅਰਮੈਨ ਵੀ ਹੋਣ ਲੱਗਿਆ, ਕੀ ਕੋਈ ਐਕਸ਼ਨ ਹੋਊਗਾ ਵੱਡਾ ਜਾਂ ਅਲਬੇਲਾ ਜੀ ਅਧਿਕਾਰੀ ਉਹ ਨਹੀਂ ਸੁਣ ਰਹੇ? ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆ ਔਰ ਭਗਵੰਤ ਸਿੰਘ ਮਾਨ ਉਹ ਇਨਸਾਨ ਨੇ ਜਿਹੜੇ ਗਰਾਊਂਡ ਤੋਂ ਆਏ ਨੇ, ਭਗਵੰਤ ਸਿੰਘ ਮਾਨ ਉਹ ਇਨਸਾਨ ਨੇ ਜਿਹੜੇ ਅਗਰ ਪਬਲਿਕ ਨੂੰ ਠੀਕ ਨਾ ਲੱਗੇ ਆਪਣੇ ਫੈਸਲੇ ਵਾਪਸ ਲੈ ਲੈਂਦੇ ਆ। ਇਹੋ ਜਿਹਾ ਮੁੱਖ ਮੰਤਰੀ ਪੰਜਾਬ ਨੂੰ ਪਹਿਲੀ ਵਾਰੀ ਮਿਲਿਆ, ਭਗਵੰਤ ਸਿੰਘ ਮਾਨ ਉਹ ਮੁੱਖ ਮੰਤਰੀ ਆ ਜਿਨ੍ਹਾਂ ਨੇ 17 ਟੋਲ ਪਲਾਜ਼ੇ ਬੰਦ ਕਰਤੇ, ਅੱਜ ਤੱਕ ਨਹੀਂ ਸੀ ਕਿਸੇ ਨੇ ਕੀਤੇ। ਭਗਵੰਤ ਸਿੰਘ ਮਾਨ ਉਹ ਮੁੱਖ ਮੰਤਰੀ ਆ ਜਿਨ੍ਹਾਂ ਨੇ 114 ਸਕੂਲ ਆਫ ਐਮੀਨੈਂਸ ਚਾਲੂ ਕਰਤੇ ਔਰ ਉਹ ਲੋਕਾਂ ਦੇ ਦਰਦੀ ਆ ਔਰ ਜਿਹੜੀ ਚੀਜ਼ ਦੇ ਵਿੱਚ ਔਰ ਸਭ ਤੋਂ ਵੱਡੀ ਗੱਲ ਜਿਹੜੀ ਅਸਲ ਗੱਲ ਆ, ਆਪਾਂ ਤੁਸੀਂ ਗੱਲ ਕਰ ਰਹੇ ਹੋ ਵਾਰ ਵਾਰ ਵੀ ਕੋਈ ਸਰਕਾਰੀ ਬੰਦਾ ਇਨਵੋਲਵ ਹੋ, ਤੁਸੀਂ ਮੈਨੂੰ ਦੱਸੋ ਇਹ ਬੰਦੇ ਹਰ ਰੋਜ਼ ਲੱਖਾਂ ਰੁਪਏ ਦਾ ਚੂਨਾ ਸਾਡੇ ਰੈਵਨਿਊ ਨੂੰ ਲਾ ਰਹੇ ਆ, ਸਰਕਾਰ ਦੇ ਰੈਵਨਿਊ ਨੂੰ ਲਾ ਰਹੇ ਆ, ਕਿਵੇਂ ਇਹਨਾਂ ਨੂੰ ਬਖਸ਼ਿਆ ਜਾਊਗਾ? ਬਿਲਕੁਲ ਨਹੀਂ ਬਖਸ਼ਿਆ ਜਾਊਗਾ। ਦੇਖੋ ਜੀ ਤੁਹਾਡੇ ਸਾਹਮਣੇ ਉਦਾਹਰਣ ਆ, ਅੱਜ ਤੋਂ 10 ਦਿਨ 15 ਦਿਨ ਪਹਿਲਾਂ 10 ਦਿਨ ਪਹਿਲਾਂ ਦੀ ਗੱਲ ਆ, ਮੈਂ ਲਾਈਵ ਕੀਤਾ ਸੀ, ਤੁਸੀਂ ਰਵੀ ਜੀ ਤੁਸੀਂ ਖੁਦ ਜਾ ਕੇ ਤੁਸੀਂ ਸਮਝ ਕੇ ਉਹਨਾਂ ਦੀ ਵੀ ਇੰਟਰਵਿਊ ਲੈ ਕੇ ਆਏ ਆ ਜਿਹੜੇ, ਹੈਨਾ, ਹੋਰ ਵੀ ਪੰਜਾਬ ਦੇ ਹੋਰ ਵੀ ਵੱਖ-ਵੱਖ ਜਗ੍ਹਾ। ਦੇਖੋ ਮੈਨੂੰ ਮੇਰੇ ਇਲਾਕੇ ਦਾ ਪਤਾ ਜੀ, ਸਾਨੂੰ ਸਾਡੇ ਇਲਾਕੇ ਦਾ ਪਤਾ, ਆਪਾਂ ਉੱਥੇ ਜਿੱਥੇ ਕੰਮ ਕਰ ਸਕਦੇ ਹਾਂ ਉੱਥੇ ਤੇ ਗੱਲ ਕਰ ਸਕਦੇ, ਠੀਕ ਹੈ ਨਾ, ਆਪਾਂ ਹੁਣ ਸਾਰੀ ਜਗ੍ਹਾ ਤਾਂ ਜਾ ਨਹੀਂ ਸਕਦੇ। ਔਰ ਮੇਰੀ ਤਾਂ ਮੰਗ, ਮੈਂ ਤਾਂ CP ਸਾਹਿਬ ਨੂੰ ਕਹੂੰਗਾ ਕਿ ਸਭ ਤੋਂ ਪਹਿਲਾਂ ਜਿਹੜੀ ਸਿਕਿਉਰਿਟੀ ਜਿਹੜੀ ਵਧਾਈ ਜਾਵੇ ਔਰ ਜਿਹੜਾ ਸਾਡੇ ਏਰੀਏ ਦੇ ਵਿੱਚ ਗਸ਼ਤ ਵਧਾਈ ਜਾਵੇ ਜਿਹੜੀ ਦਰਿਆ ਦੇ ਉੱਤੇ, ਅਤੇ ਕਿਉਂਕਿ ਇਹ ਥੋੜ੍ਹਾ ਜਿਹਾ ਨਵੇਂ ਸ਼ਹਿਰ ਦਾ ਏਰੀਆ, ਉਰਲੇ ਪਾਸੇ ਵੀ ਗਸ਼ਤ ਵਧੂਗੀ ਅਤੇ ਪਰਲੇ ਪਾਸੇ ਵੀ, ਅਸੀਂ ਅੱਜ ਗੱਲ ਕਰਾਂਗੇ, ਸਾਨੂੰ ਚਾਹੇ ਕਮਿਸ਼ਨਰ ਜਲੰਧਰ ਨਾਲ ਗੱਲ ਕਰਨੀ ਪਵੇ ਚਾਹੇ DGP ਸਾਹਿਬ ਨਾਲ,
ਜਿਹੜੇ ਵੀ ਉੱਥੇ ਜਿਹੜੇ ਡੀ ਆਈ ਜੀ ਰੇਂਜ ਹੋਣਗੇ ਉਹਨਾਂ ਨਾਲ ਗੱਲ ਕਰਾਂਗੇ ਭਾਈ ਆਹ ਕੁਛ ਹੋ ਰਿਹਾ ਇੱਥੇ, ਜਿਹੜੀ ਪੁਲਿਸ ਦੀ ਜਿਹੜੀ ਗਸ਼ਤ ਵਧਾਈ ਜਾਵੇ ਜਿੱਥੇ ਅਸੀਂ ਨਹੀਂ ਸੁਰੱਖਿਅਤ ਹੈਗੇ ਇਸ ਇਲਾਕੇ ਦੇ ਵਿੱਚ, ਉੱਥੇ ਆਮ ਪਬਲਿਕ ਕਿਵੇਂ ਸੁਰੱਖਿਅਤ ਹੋ ਸਕਦੀ? ਬਿਲਕੁਲ ਜੀ ਬਿਲਕੁਲ, ਕੋਈ ਨੀ ਬਖਸ਼ਿਆ, ਮੈਂ ਪਹਿਲਾਂ ਦੱਸਤਾ ਕੋਈ ਕਾਲੀ ਭੇਡ ਹੋਵੇ ਅਸੀਂ ਬਖਸ਼ਾਂਗੇ।